بسم اللہ الرحمن الرحیم السلام علیکم ویٹرنری اینڈ برڈز میڈیسن چینل تے سید شاہزیب علی کی نئی ویڈیو لے کے حاضر ہوئے ہیں امید کرنا ਤੁਸੀਂ سارے ٹھیک ہوو گے اج اس ویڈیو وچ جس سیرپ دے متعلق میں ਤੁਹਾਨੂੰ ਦੱਸਣਾਗਾ او ہے ہلتن کمپنی دا بنیا ٹرائیبرسن پولٹری چ یوز ہوندا ہے بہت زیادہ سیرپ 50 ایم ایل دی پیکنگ ہے ਇਸ ਵੀਡੀਓ ਵਿੱਚ ਮੈਂ ਤੁਹਾਨੂੰ ਤਫਸੀਲ ਨਾਲ ਇਸ ਦੇ ਦੇਣ ਦਾ ਤਰੀਕਾ ਔਰ ਇਹ ਕਿੰਨੀਆਂ ਬਿਮਾਰੀਆਂ ਵਾਸਤੇ ਇਹ ਫਾਇਦਾਮੰਦ ਹੈ ਉਹ ਦੱਸਾਂਗਾ ਤੇ ਨੇ ਦੋਸਤਾਂ ਵਾਸਤੇ ਮੇਰਾ ਪੈਗਾਮ ਹੈ ਜਿਨ੍ਹਾਂ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦਾ ਰਵੇ ਤੇ ਟ੍ਰਾਈਬਰਸ਼ਨ ਸਿਰਫ ਇਪੋਲਟਰੀ ਵਿੱਚ ਬੈਕਟੀਰੀਅਲ ਜ਼ੀਜ਼ ਵਾਸਤੇ ਯੂਜ਼ ਹੁੰਦਾ ਹੈ ਮੌਸਮ ਦੀ ਤਬਦੀਲੀ ਵਿੱਚ ਐਂਟੀਬਾਇਓਟਿਕ ਸੀਰਪ ਆਪਣੇ ਪ੍ਰਿੰਦਿਆਂ ਨੂੰ ਕਬੂਤਰ ਹੋਣ ਤੋਤੇ ਹੋਣ ਜਾਂ ਮੁਰਗੀਆਂ ਮੁਰਗੇ ਆਉਣ ਲਾਜ਼ਮੀ ਉਹਨਾਂ ਨੂੰ ਐਂਟੀਬਾਇਓਟਿਕ ਕੋਰਸ ਕਰਾਇਆ ਕਰੋ ਤਾਂ ਕਿ ਉਹ ਮੌਸਮੀ ਇਨਫੈਕਸ਼ਨ ਔਰ ਬਿਮਾਰੀਆਂ ਤੋਂ ਬਚ ਸਕਣ ਟਰਾਈਵਰਸਨ ਸੀਰਪ ਬਿਮਾਰੀ ਦੇ ਦੌਰਾਨ ਵੀ ਦੇ ਸਕਦੇ ਹੋ ਔਰ ਇਹ ਬਿਮਾਰੀ ਤੋਂ ਪਹਿਲਾਂ ਫਾਸਤੀ ਤੌਰ ਤੇ ਵੀ ਤੁਸੀਂ ਪਲਾ ਸਕਦੇ ਹੋ ਇਸ ਦੇ ਲਾਮਾਤ ਵੀ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਪਰਿੰਦੇ ਸੁਸਤ ਹੋਏ ਨੇ ਪਰ ਖੋਲ ਕੇ ਇਕੱਠੇ ਹੋ ਕੇ ਖਲੋਤੇ ਨੇ ਮੂੰਹ ਖੋਲ ਕੇ ਸਾਹ ਲੈ ਰਹੇ ਨੇ ਪਤਲੀਆਂ ਬਿਠਾਂ ਕਰ ਰਹੇ ਨੇ ਜਾਂ ਨਜ਼ਲਾ ਜ਼ਕਾਮ ਰੇਸ਼ਾ ਵਗੈਰਾ ਨੇ ਤੇ ਉਸ ਸੂਰਤ ਵਿੱਚ ਤੁਸੀਂ ਟਰਾਈਵਰਸਨ ਸੀਰਪ ਉਹਨਾਂ ਕੀ ਦਿਓ ਇਨਸ਼ਾਅੱਲਾ ਤੁਹਾਨੂੰ 100% ਰਿਜ਼ਲਟ ਹਾਸਲ ਹੋਵੇਗਾ ਔਰ ਇੱਕ ਗੱਲ ਦਾ ਹਿਆਰ ਰੱਖ ਲੈਣਾ ਹੈ ਕਿ ਇਹ ਐਂਟੀਬਾਇਓਟਿਕ ਫਾਰਮੂਲਾ ਹੈ ਔਰ ਐਂਟੀਬਾਇਓਟਿਕ ਫਾਰਮੂਲਾ ਕੋਈ ਵੀ ਹੈ ਉਹ 3 ਤੋਂ 5 ਦਿਨ ਲਾਜ਼ਮੀ ਦੇਈਦਾ ਇੱਕ ਦਿਨ ਦੇਣੇ ਦਾ ਕੋਈ ਫਾਇਦਾ ਨਹੀਂ ਐਂਟੀਬਾਇਓਟਿਕ ਕੋਰਸ 3 ਤੋਂ 5 ਦਿਨ ਲਾਜ਼ਮੀ ਕਰੀਦਾ ਇਨਸ਼ਾਅੱਲਾ ਫਿਰ ਤੁਹਾਨੂੰ ਫਾਇਦਾ ਹਾਸਲ ਹੋਵੇਗਾ ਇਸ ਦੇ ਦੇਣ ਦਾ ਤਰੀਕਾ ਔਰ ਇਸ ਦੀ ਡੋਜ਼ ਉਹ ਮੈਂ ਤੁਹਾਨੂੰ ਦੱਸ ਦੇਣਾ ਵਾਂ ਇਸ ਦੇ ਡੋਜ਼ ਵੱਡੀਆਂ ਮੁਰਗੀਆਂ ਵਾਸਤੇ 1 ਐਮਐਲ ਸਾਢੇ 4 ਲੀਟਰ ਪਾਣੀ 'ਚ ਮਿਕਸ ਕਰਕੇ ਦੇਣਾ ਹੈ ਔਰ ਛੋਟੀਆਂ ਚੂਜ਼ਿਆਂ ਵਾਸਤੇ ਇਸ ਦੀ ਡੋਜ਼ ਇਸ ਦੇ ਉੱਤੇ ਲਿਖੀ ਗਈ ਹੈ ਕਿ 5 ਐਮਐਲ 13 ਤੋਂ 22 ਲੀਟਰ ਪਾਣੀ ਦੇ ਵਿੱਚ ਸ਼ਾਮਲ ਕਰਕੇ ਤੁਸੀਂ ਉਹਨਾਂ ਨੂੰ ਪਲਾਣਾ ਹੈ ਹਜ਼ਾਰ ਚੂਜ਼ੇ ਵਾਸਤੇ ਡੋਜ਼ ਅਗਰ ਤੁਹਾਡੇ ਕੋਲ ਤੁਹਾਡੇ ਪਰਿੰਦੇ ਥੋੜੇ ਨੇ ਤੇ ਤੁਸੀਂ ਇਸ ਦੀ ਡੋਜ਼ ਨੂੰ ਘਟਾ ਸਕਦੇ ਹੋ ਔਰ ਅਗਰ ਇਸ ਤੋਂ ਜ਼ਿਆਦਾ ਨੇ ਤੇ ਤੁਸੀਂ ਇਹ ਡੋਜ਼ ਵਧਾ ਵੀ ਸਕਦੇ ਹੋ ਟ੍ਰਾਈਵਰਸਨ ਸਿਰਪ ਮੁਰਗੀਆਂ ਵਿੱਚ ਜਰਾ ਸੀਮੀ ਬਿਮਾਰੀਆਂ ਵਾਸਤੇ ਹੈ ਇਹ ਤੁਸੀਂ ਆਪਣੇ ਪਰਿੰਦਿਆਂ ਨੂੰ ਪਲਾਓ ਇਨਸ਼ਾਅੱਲਾ ਤੁਹਾਨੂੰ 100% ਰਿਜ਼ਲਟ ਆਸਲ ਹੋਵੇਗਾ ਔਰ ਇਹ ਪੋਲਟਰੀ ਫਾਰਮਸ ਤੇ ਯੂਜ਼ ਹੋਣ ਵਾਲਾ ਸਿਰਪ ਹੈ ਇਸ ਵਿੱਚ ਇਸ ਕੰਪਨੀ ਦੀ ਵੱਡੀ ਪੈਕਿੰਗ ਵੀ ਹੈ 200 ml ਇਹ ਤੁਹਾਡੇ ਸਾਹਮਣੇ 50 ml ਦੀ ਪੈਕਿੰਗ ਹੈ ਅਗਰ ਤੁਹਾਡੇ ਕੋਲ ਪਰਿੰਦੇ ਜ਼ਿਆਦਾ ਨੇ ਤੁਸੀਂ 200 ml ਦੀ ਪੈਕਿੰਗ ਖਰੀਦ ਸਕਦੇ ਹੋ ਇਹ ਤੁਹਾਨੂੰ ਕਿਸੇ ਵੀ ਪੋਲਟਰੀ ਜਾਂ ਵੈਟਰਨਰੀ ਸ਼ਾਪ ਤੋਂ ਮਿਲ ਸਕਦਾ ਵੈ ਔਰ ਇਸ ਦੀ ਡੋਜ਼ ਔਰ ਇਸ ਦੀ ਦੇਣੇ ਦਾ ਤਰੀਕਾ ਉਹ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਿਓ ਕਿ ਆਵਾਂ ਤੇ ਮੇਰੀ ਵੀਡੀਓਜ਼ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਨਸ਼ਾਅੱਲਾ ਮੈਂ ਆਂਦਾ ਵੀ ਤੁਹਾਡੇ ਵਾਸਤੇ ਇਨਫਾਰਮੇਟਿਵ ਵੀਡੀਓ ਬਣਾਉਂਦਾ ਰਾਵਾਂਗਾ ਤੁਹਾਡੇ ਤਾਉਣ ਦਾ ਸ਼ੁਕਰੀਆ